ਆਕਾਸ਼ ਦੇ ਵਿੱਚ ਟਿਮਟਿਮਾਉਂਦੇ ਹੋਏ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਪਰ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਰੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ। ਉਹ ਲਿਖਦਾ ਤਾਰੇ ਗਣੇ ਜਾਤ ਤੇਰੇ ਤਾਰੇ ਨਾ ਗਿਣਾਤ, ਮੈਂ ਗੱਲ ਕਰਦਾ ਪਿਆ ਸੀ ਅੱਲਾ ਯਾਰ ਖਾਂ ਜੋਗੀ ਜੀ। ਉਹ ਕਹਿੰਦਾ ਇਸ ਦੁਨੀਆਂ ਦੇ ਵਿੱਚ ਬੜੇ ਵੱਡੇ ਵੱਡੇ ਦੇਵਤੇ ਔਲੀਏ ਨਬੀ ਪੈਗੰਬਰ ਪੀਰ ਹੋਏ ਨੇ, ਪਰ ਉਹਨਾਂ ਨੂੰ ਮੰਨਣ ਵਾਲਿਆਂ ਦੀ ਪੂਜਣ ਵਾਲਿਆਂ ਦੀ ਇੱਕ ਸੀਮਾ ਸੀ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੇ ਕੋਈ ਮੁਸਲਮਾਨ ਦੌਲਤਾਂ ਜਾਈ ਮੇਰੇ ਦਾਦੇ ਦੇ ਦਰਸ਼ਨ ਕਰਦੀ ਹੈ। ਉਹ ਜਨਮਾਂ ਜਨਮਾਂਤਰਾਂ ਦੀ ਭੁੱਖੀ ਸੀ, ਗੁਰੂ ਨਾਨਕ ਦੇ ਦਰਸ਼ਨ ਕੀਤੇ ਉਹ ਤ੍ਰਿਪਤ ਹੋ ਗਈ। ਜੇ ਕੋਈ ਸੱਜਣ ਵਰਗਾ ਮੇਰੇ ਦਾਦੇ ਦੇ ਹੁਕਮ ਨੂੰ ਸੁਣਦਾ ਏ ਉਹ ਸੱਚਮੁੱਚ ਸੱਜਣ ਬਣ ਕੇ ਇਸ ਦੁਨੀਆਂ ਦੇ ਵਿੱਚ ਜਿਉਣਾ ਆਰੰਭ।